ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਲਾਲਦੀਨ। ਲਾਲਦੀਨ ਵਲਦ ਇਮਾਮਦੀਨ। ਦਾਦਾ ਜੀ ਦਾ ਨਾਮ ਪਤਾ? ਭੋਲੇ ਦਾ ਭੋਲਾ। ਤੇ ਕੌਮ ਕੀ ਤੁਹਾਡੀ? ਅਨਸਾਰੀ। ਅਨਸਾਰੀ। ਇਹ ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਹੋ? 141 ਰਾਮਪੁਰਾ। ਇਹਦਾ ਜ਼ਿਲ੍ਹਾ ਕਿਹੜਾ? ਫੈਸਲਾਬਾਦ। ਤਹਿਸੀਲ? ਖੀਰ ਸਮੁੰਦਰੀ। ਸਮੁੰਦਰੀ। ਨਹਿਰ ਗਗੇਰਾ। ਸਹੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ 37। ਹਾਂਜੀ। ਸਿਆਣਾ 38 ਨੰਬਰ ਉਹਦਾ। ਨਹੀਂ, ਇਕੱਲਾ ਗਾਫ ਬੇ ਹੈ ਕਿ 38 ਇਕੱਲਾ ਅੱਗੇ ਹੁੰਦਾ ਨਾ ਜੇ ਬੀ? ਉਹ ਨਹੀਂ ਮੈਨੂੰ ਪਤਾ। ਅੱਛਾ, ਜਿਹੜੀ ਜਿਹੜੀ ਗੱਲ ਮੈਨੂੰ ਯਾਦ ਆ ਮੈਂ ਤੈਨੂੰ ਦੱਸੀ ਜਾਊਗਾ। ਸਹੀ। 38 ਨੰਬਰ ਆ ਉਹਦਾ। ਸਹੀ। ਵੱਡਾ ਰਿਸ਼ਾਣਾ। ਸਹੀ। ਪਿਛਲੇ ਬਣੇ ਇੱਥੋਂ 37 ਪਹਿਲਾਂ ਸਹੀ, ਚਲੋ ਰਿਸ਼ਾਣਾ। ਹਾਂਜੀ। ਫਿਰ ਛੋਟਾ ਰਿਸ਼ਾਣਾ। ਸਹੀ। ਫਿਰ 141। ਸਹੀ। ਫਿਰ ਅੱਗੇ 42। ਠੀਕ ਹੋ ਗਿਆ। ਫਿਰ 43। ਫਿਰ 40। ਸਹੀ। ਫਿਰ 68। ਤੇ 41 ਕਿੱਥੇ ਗੋ ਹੈ? 41 ਰੋਜ਼ ਰੋਡ ਦੇ ਉੱਤੇ ਆ। 141 ਜਿਹੜਾ? ਹਾਂ, 141। ਤੇ ਜਿਹੜਾ ਇੱਕ ਇਕੱਲਾ 41 ਹੈ ਉਹ ਪਰਾ ਚਲੀ ਗਈ ਨਹਿਰੋਂ ਪਾਰ। ਉਹ ਵੀ ਨੇੜੇ ਹੀ ਇੱਥੋਂ? ਨਹੀਂ, ਦੂਰ ਹੈ ਬਹੁਤ, ਵੱਡਾ ਚਾਂ। ਅੱਛਾ ਅੱਛਾ ਅੱਛਾ। ਉਹ 139 ਆ। ਤੇ ਇਹ ਜਿਹੜਾ ਤੁਹਾਡਾ ਪਿੰਡ ਇਹਦਾ ਨਾਂ ਫਿਰ ਕੀ ਦੱਸੋ ਮੈਨੂੰ, ਕੀ ਸੀ ਪਿੰਡ ਦਾ ਨਾਂ? 139 ਰਾਮਪੁਰਾ। ਰਾਮਪੁਰਾ। ਬਹੁਤ ਵੱਡਾ ਪਿੰਡ ਹੈ ਮੁਰੱਬੇ ਪੂਰੇ 'ਚ। ਪੂਰੇ ਮੁਰੱਬੇ ਦੇ ਵਿੱਚ? ਇੱਕ ਮੁਰੱਬੇ 'ਚੋਂ ਪਿੰਡ ਸਾਰੇ ਹੀ? ਨਹੀਂ, ਪਹਿਲੀ ਮੁਰੱਬੇ ਦੀ ਇੱਕ ਪਹਿਲੀ ਮੁਰੱਬਾ 25 ਕਿੱਲਿਆਂ ਦਾ ਮੁਰੱਬਾ। ਆਹੋ, ਤੇ 25 ਕਿੱਲਿਆਂ ਦਾ ਮੁਰੱਬਾ ਹੁੰਦਾ ਹੈ। ਇਸ ਪਿੰਡ ਦੀ 25 ਕਿੱਲੇ ਜ਼ਮੀਨ ਹੈ। ਦੂਸਰੇ 65 ਮੁਰੱਬੇ। 65 ਮੁਰੱਬੇ। ਹਾਂਜੀ। ਤੇ ਇੱਕ ਮੁਰੱਬੇ ਦੇ ਉੱਤੇ ਪਿੰਡ ਹੈ ਪੂਰਾ? ਪਿੰਡ ਮੁਰੱਬੇ ਪਿੰਡ। ਬੜਾ ਵੱਡਾ ਪਿੰਡ ਹੈ ਫਿਰ ਤਾਂ। ਹਾਂ, ਮੁਰੱਬੇ ਪੂਰੇ ਜਾ। ਸਹੀ ਸਹੀ। ਇੱਥੇ ਕਿਹੜੇ ਕਿਹੜੀਆਂ ਕੌਮਾਂ ਰਹਿੰਦੀਆਂ ਨੇ ਹੁਣ? ਹਾਂਜੀ, ਹੁਣ ਗੁੱਜਰ, ਰਾਜਪੂਤ, ਰਾਈ ਜ਼ਿਲ੍ਹੇ ਹਿਸਾਰ ਦੇ, ਜ਼ਿਲ੍ਹੇ ਅੰਮ੍ਰਿਤਸਰ ਦੇ। ਸਹੀ ਸਹੀ। ਰਾਈ ਵੀ? ਹਾਂ। ਤੇ ਤੁਹਾਡੇ ਪਿੰਡ ਦਾ ਇੱਥੇ ਤਾਂ ਲੰਬੜਦਾਰ ਕੌਣ ਹੈ? ਖੁਸ਼ੀਆ ਸੀ ਲੰਬੜਦਾਰ, ਤੇ ਹੁਣ ਗਫਾਰ ਲੰਬੜਦਾਰ ਦੋ। ਸਹੀ ਸਹੀ। ਤੇ ਤੁਸੀਂ ਇੱਥੇ ਵਾਹੀ ਕਰਦੇ ਹੋ? ਨਹੀਂ ਜੀ। ਹਾਂਜੀ। ਕੋਈ ਕੰਮ ਨਹੀਂ ਕਰਦੇ, ਬੱਚੇ ਨੌਕਰੀਆਂ ਕਰਦੇ। ਸਹੀ ਸਹੀ ਸਹੀ। ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਹਿੰਦੁਸਤਾਨ ਨੂੰ ਆਏ ਹੋ ਤੁਹਾਡੀ ਕਿੰਨੀ ਉਮਰ ਸੀ? ਇਹ ਬੱਚਾ ਕਹਿੰਦੇ 22 ਸਾਲ ਦਾ ਸੀ ਮੈਂ ਜਦੋਂ। 22 ਸਾਲ ਸ਼ਾਦੀ ਹੋਈ ਸੀ? ਨਹੀਂ, ਸ਼ਾਦੀ ਤਾਂ ਮੇਰੀ ਹੋਈ 35 ਸਾਲਾਂ 40 ਜਾ ਕੇ। ਅੱਛਾ। ਇੱਥੇ ਆ ਕੇ ਅਸੀਂ ਪੁੱਤ ਆਏ ਸੀ ਚੇਤਰ ਜਵਾਡੀ, ਇਸੇ ਮਹੀਨੇ ਜਵਾਡੀ ਕਰ ਲਓ ਉੱਥੋਂ, ਸਾਨੂੰ ਸਿੱਖ ਲਿਆ ਸੀ ਉੱਥੋਂ। ਉਸ ਹਿੰਦੁਸਤਾਨ 'ਚ? ਹਿੰਦੁਸਤਾਨ ਪਿੰਡ ਪਹਿਲਾਂ ਦੱਸੋ ਨਾ ਮੈਨੂੰ। ਪੱਟੀ ਸ਼ਹਿਰ, 9 ਲੱਖੀ ਪੱਟੀ ਮੁਗਲਾਂ ਦੀ। ਮੁਗਲਾਂ ਦੀ? ਹਾਂ, ਜ਼ਿਲ੍ਹੇ ਅੰਮ੍ਰਿਤਸਰ 'ਚ। ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ? ਹਾਂਜੀ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ? ਲਾਗੇ ਘਰਿਆਲਾ, ਬਰਨਾਲਾ, ਸਭਰਾ। ਸਹੀ। ਥੋੜੇ ਥੋੜੇ। ਉੱਥੋਂ ਦਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਅੰਮ੍ਰਿਤਸਰ ਦਾ। ਤੇ ਤਹਿਸੀਲ? ਤਹਿਸੀਲ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸੀ ਉਹਦਾ। ਅੱਛਾ ਅੱਛਾ। ਨਾਲ ਹੀ ਬਾਰਡਰ ਦੇ ਯਾਰ, ਥੋੜ੍ਹੀ ਦੂਰ ਆ। ਅੱਛਾ ਜੀ, ਉਹਦਾ ਥਾਣਾ ਕਿਹੜਾ ਸੀ ਉਸ ਪਿੰਡ ਦਾ? 12 ਪੱਤੀਆਂ 'ਚ, 12 ਮੁਰੱਬਿਆਂ 'ਚ ਸੀ ਉਹ ਪਿੰਡ। ਉਹ ਵਾਲਾ ਪਿੰਡ ਸਾਰਾ ਕੁਛ ਵਿੱਚੇ ਸੀ ਉਹ ਜਿਹੜਾ ਪਿੰਡ। ਇੱਧਰੋਂ ਢੱਗਾ ਚੋਰੀ ਹੋ ਕੇ ਨਾ ਚੜ੍ਹਦੇ ਪਾਸੇ ਵਿਖ 12 ਸਾਲ ਵਗਦਾ ਰਿਹਾ, ਲੱਭਾ 12 ਸਾਲੇ ਲੱਭਾ ਸੀ। ਏਡਾ ਵੱਡਾ ਪਿੰਡ ਸੀ ਉਹ, ਪਤਾ ਹੀ ਨਹੀਂ ਲੱਗਾ ਚੋਰਾਂ ਦਾ। ਹਾਂ ਜੀ, ਚੋਰਾਂ ਦਾ ਪਤਾ ਲੱਗਾ। ਉੱਥੇ ਕਿਹੜੇ ਕਿਹੜੇ ਕੌਮਾਂ ਬਾਦ ਸੀ? ਉੱਥੇ ਮੁਗਲ ਸੀ, ਮੁਸਲਮਾਨਾਂ ਦੇ ਬਾਦ ਸੀ ਕਿ? ਸਾਰਾ ਪਿੰਡ ਮੁਸਲਮਾਨਾਂ ਦੇ ਸੀ। ਪੱਟੀ ਸ਼ਹਿਰ 9 ਲੱਖੀ ਪੱਟੀ, ਅਤੇ ਸ਼ਹੀਦਾਂ ਦੇ ਘਰ ਬੜੇ ਸੀ। ਅਤੇ ਕਿਹੜੇ ਕਿਹੜੀਆਂ ਕੌਮਾਂ ਰਹਿੰਦੀਆਂ ਸੀ ਜ਼ਿਆਦਾ? ਅਨਸਾਰੀ, ਮੋਚੀ, ਜਲਾਏ, ਉੱਥੇ ਰਾਜਪੂਤ ਕੋਈ ਨਹੀਂ ਸੀ, ਉਸ ਰਾਜਪੂਤ ਕੋਈ ਨਹੀਂ ਸੀ, ਕੋਈ ਨਹੀਂ ਸੀ। ਅਤੇ ਜੱਟ ਸੀ। ਅਤੇ ਸਿੱਖਾਂ ਦੇ ਘਰ ਕਿੰਨੇ ਸੀ? ਸਿੱਖਾਂ ਦੇ ਬਸੇਰੇ ਘਰ ਸੀ, ਕਿਹੜਾ ਮੈਂ ਉਦੋਂ ਏਡੇ ਬੋਝ ਸੀ। ਅੱਛਾ, ਜਦੋਂ ਤੁਸੀਂ ਆਏ ਹੋ ਤੁਹਾਡੀ ਕਹਿੰਦੇ ਨਾ 22 ਸਾਲ ਦੀ ਉਮਰ ਸੀ? 22 ਸਾਲ ਦੀ ਉਮਰ ਸੀ ਮੇਰੀ। ਅਤੇ ਕਿਸ ਤਰ੍ਹਾਂ ਇੱਧਰ ਆਏ ਹੋ ਪਾਕਿਸਤਾਨ? ਪਾਕਿਸਤਾਨ 'ਚ ਆਏ, ਉੱਥੋਂ ਚੜ੍ਹੇ ਅੰਮ੍ਰਿਤਸਰੋਂ, ਅਤੇ ਆਏ ਜੀ ਲਾਹੌਰ, 2 ਰੁਪਈਏ ਕਰਾਇਆ। ਵਾਢੀ ਕਰਨ ਆਏ ਸੀ? ਵਾਢੀ ਕਰਨ, ਕਣਕ ਵੱਢਣ। ਦਾਦਾ ਸਾਡਾ ਇੱਥੇ ਰਹਿੰਦਾ ਸੀ, ਜਿਹੜਾ ਜੰਮ ਵੀ ਇਸੇ ਪਿੰਡ ਦਾ ਹੀ ਆ। ਤੁਸੀਂ ਫਿਰ ਇੰਡੀਆ ਕੀ ਕਰਨ ਗਏ? ਅਗਰ ਇੰਡੀਆ ਲੈ ਗਏ ਬਰਾਦਰੀ, ਰਿਸ਼ਤਾ ਦੇਣਾ ਨਾ ਲੈਣਾ, ਚੱਲ ਵੀ ਉੱਥੇ ਬਾਬੇ ਭੋਲੇ ਨੂੰ ਕਹਿਣ ਲੱਗੇ, ਬਾਬਾ ਚਲੇ ਗਿਆ ਵਿਚਾਰਾ, ਇਕੱਲਾ ਘਰ ਸੀ, ਨਾ ਰਿਸ਼ਤਾ ਦੇਣਾ ਨਾ ਜਦੋਂ ਲੈਣਾ। ਹਾਂਜੀ, ਤਾਂ ਆਏ ਸਾਂ ਵਾਢੀ ਕਰਕੇ ਨਾ, ਜੋ ਗਜ਼ਰ ਪੈ ਗਿਆ।
ਜਦੋਂ ਤੁਸੀਂ ਗਦਰ ਪਿਆ ਤੁਸੀਂ ਇੱਧਰ ਸੀ ਕਿ ਉੱਧਰ ਸੀ? ਇੱਥੇ ਸੀ, ਅਸੀਂ ਜਾ ਨਹੀਂ ਸਕੇ। ਮੈਨੂੰ ਇਹ ਦੱਸੋ ਉੱਥੋਂ ਤੋਂ ਤੁਹਾਡੇ ਚੇਤਰ ਚੇਤ ਆਸ਼ਣ ਮਹੀਨਾ, ਹਾਂਜੀ ਚੇਤ ਵਿਸਾਖ ਜੇਠ, ਹਾਂਜੀ ਤੇ ਹਾੜ ਤੇ ਸਾਉਣ ਭਾਦਰੋਂ ਜਾੜਾ ਪੈ ਗਿਆ। ਸਹੀ ਰੌਲਾ ਉਦੋਂ ਪੈ ਗਿਆ ਸੀ, ਸਹੀ ਵਾਢੀ ਹੋਈ ਜਦੋਂ ਕਟਾਈ ਸ਼ੁਰੂ ਹੋਈ ਨਾ ਉਦੋਂ ਰੌਲਾ ਪੈ ਗਿਆ ਸੀ। ਤੁਸੀਂ ਫਿਰ ਆਏ ਕਿਸ ਤਰ੍ਹਾਂ? ਤੁਹਾਡੀ ਫੈਮਿਲੀ, ਤੁਹਾਡੀ ਫੈਮਿਲੀ ਕਿਸ ਤਰ੍ਹਾਂ ਆਈ? ਲਾੜੀਆਂ ਤੇ ਆਏ ਸੀ, ਲਾੜੀ ਤੇ ਵਾਢੀ ਕਰਨ ਉਦੋਂ ਬਿਲਕੁਲ ਅਮਨ ਸੀ। ਤੁਸੀਂ ਸਾਰੀ ਫੈਮਿਲੀ ਆ ਗਈ ਸੀ? ਸਾਰੀ ਫੈਮਿਲੀ ਆਏ ਸੀ, ਸਾਰੇ ਜੀ, ਕੋਈ ਸ਼ੈ ਨੀ ਲਿਆਏ, ਸਿਰਫ ਦੋ ਤਿੰਨ ਭਾਂਡੇ ਕੌਲੀਆਂ ਗਲਾਸ ਤੇ ਦੋ ਤਿੰਨ ਬਿਸਤਰੇ, ਗਰਮੀ ਆ ਗਈ ਸੀ, ਸਾਰਾ ਸਮਾਨ ਲੋਕਾਂ ਦੇ ਘਰੇ ਸਿੱਟਿਆ। ਤੇ ਇੱਥੋਂ ਜਦੋਂ ਹਿੰਦੁਸਤਾਨ ਪਾਕਿਸਤਾਨ ਲੈਦਾ ਲੈਦਾ ਹੋਏ, ਹਾਂ ਗਦਰ ਕਹਿੰਦੇ ਪਈ ਬੱਲੇ, ਉਦੋਂ ਇੱਥੋਂ ਸਿੱਖ ਆਰਾਮ ਨਾਲ ਹੀ ਚਲੇ ਗਏ ਤੁਹਾਡੇ ਪਿੰਡੋਂ? ਗੱਡੇ ਲੱਦ ਕੇ ਲਗਾਏ, ਹਾਂਜੀ 40, 43, 45, 41 ਸਾਰੇ ਸਾਡੇ ਪਿੰਡ ਚ ਆਏ ਇੱਥੇ ਸਿੱਖ। ਹਾਂ ਸਿੱਖ, ਫਿਰ ਸੂਏ ਪੈ ਕੇ ਗਏ ਆ। ਸਿੱਖਾਂ ਦਾ ਜਿਹੜੇ ਤੁਹਾਨੂੰ ਲਿਆਏ ਸੀ ਉਹਨਾਂ ਦਾ ਨਾਂ ਪਤਾ? ਨਾਂ ਪਤਾ ਫਤਾ ਕੀ ਸਿੱਖਾਂ ਦਾ? ਰਾਜਸੋਂ, ਹਾਂਜੀ ਰਾਜ ਸਿੰਘ, ਰਾਜ ਸਿੰਘ ਤੇ ਚੰਨਣ ਸਿੰਘ ਤੇ ਨਰਾਇਣ ਸਿੰਘ, ਤਿੰਨ ਭਰਾ ਸੀ। ਉਹਨਾਂ ਦੇ ਬਾਪ ਨਾਲ ਸੀ ਭੂਖ ਸੋਂ। ਤੇ ਉਹਨਾਂ ਦੀ ਜ਼ਮੀਨ ਕਿੰਨੀ ਕੁ ਸੀ? 5 ਮਰੱਬੇ ਇਸ ਪਿੰਡ ਦੇ ਵਿੱਚ, ਇਸ ਪਿੰਡ ਚ ਇੱਕ ਅੱਧਾ ਮਰੱਬਾ ਉਹਨਾਂ ਗਹਿਣੇ ਲਿਆ ਸੀ। ਸਹੀ, ਉਹ ਸਾਰੇ ਪਿੰਸ਼ਨ ਹੀ ਸੀ ਬਹੁਤੇ, 5-5 ਮਰੱਬੇ ਤਾਂ ਦਿੱਤੇ ਸੀ ਅੰਗਰੇਜ਼ ਨੇ, ਇਹ ਪਿੰਸ਼ਨ ਹੀ ਸੀ ਸਾਰੇ ਹੀ। ਅੱਛਾ ਫੌਜੀ ਸਨ? ਫੌਜੀ ਸਨ, ਫੌਜੀ ਸਾਰੇ ਹੀ। ਸਹੀ 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 ਸਹੀ। ਤੇ ਉਹ ਆਰਾਮ ਨਾਲ ਚਲੇ ਗਏ ਕਿ ਕੋਈ ਮਾਰ ਕਟਾਈ ਹੋਈ? ਕੋਈ ਮਾਰ ਕਟਾਈ ਨਹੀਂ, ਮੇਰੇ ਬਾਪ ਨੇ 11 ਮਸ਼ਕਾਂ ਲੈ ਕੇ ਦਿੱਤੀਆਂ ਉਹਨਾਂ ਨੂੰ। ਤੁਹਾਡੇ ਬਾਪ ਦਾ ਨਾਂ ਕੀ ਸੀ? ਮੇਰੇ ਬਾਪ ਦਾ ਨਾਮ ਇਮਾਮਦੀਨ, ਇਮਾਮਦੀਨ ਅਨਸਾਰੀ, ਅਨਸਾਰੀ। ਸਹੀ ਸਹੀ। ਤੇ ਪਿਆਰ ਮੁਹੱਬਤ ਬੜਾ ਸੀ ਤੇ ਮਸ਼ਕਾਂ ਲਿਆ ਕੇ ਨਾ, ਹਾਂਜੀ ਸਵਾ ਕੇ ਦਿੱਤੀਆਂ ਵੀ ਪਾਣੀ ਦੇ ਭਰ ਕੇ ਗੱਡੇ 'ਚ ਰੱਖ ਲਓ ਤੇ ਜਾਓ। ਤੇ ਇੱਥੋਂ ਦੇ ਮੁਸਲਮਾਨਾਂ ਨੇ ਉਹਨਾਂ ਨੂੰ ਕੁਛ ਕਿਹਾ ਤੇ ਨਹੀਂ? ਕੁਛ ਨਹੀਂ ਕਿਹਾ। ਸਹੀ ਹੈ ਬਜ਼ੁਰਗੋ, ਹੁਣ ਸਾਡੇ ਕੋਲ ਟਾਈਮ ਸ਼ਾਰਟ ਸੀ, ਫਿਰ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਲੰਬੀ ਮੁਲਾਕਾਤ ਹੋਏਗੀ। ਬਿਲਕੁਲ, ਬਿਸਮਿਲ੍ਲਾ, ਬਹੁਤ ਸ਼ੁਕਰੀਆ, ਸਦਕਿਆਂ ਨੂੰ ਬਹੁਤ ਖੈਰ ਨਾ ਜਾਓ ਤੇ ਖੈਰ ਨਾ ਆਓ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰ ਨੀ।